सत श्री अकाल किसान वीरों, किसान खेती विचार देख रहे सारे दर्शकों का एक बार फिर तो स्वागत है। तो अज असी गल करांगे, जिवें आपां जाणदे हां कि लॉकडाउन ने काफ़ी ज़्यादा धंदियां नूं जिहड़ा हैगा प्रभावित किया, खेती दे नाल जिहड़ियां लाइट एक्टिविटीज़ किसान करते हैं उन्हां नूं भी इस दौरान जिहड़ा काफ़ी ज़्यादा समस्या का सामना करना पिया। जदों किसी ने कोई अपना नवां फार्म स्टार्ट करना सी, चाहे वह गोट फार्म स्टार्ट करना सी, चाहे वह सूर पालन का धंधा शुरू करना सी, उन्हां नूं काफ़ी ज़्यादा इस दे विच जिहड़ी हैगी है दिक्कत आई। साडे नाल डॉक्टर परमपाल सिंह जी पोल्ट्री जेनेटिक, वह साडे नाल गल करनगे ते उह सानूं दस्सणगे कि ट्रेनिंग्स ने जिहड़ियां, जां किसे ने जे कोई सहायक धंधा शुरू करना है तां उह कित्थों ट्रेनिंग लै सकदे ने ते कदों इह स्टार्ट होणी है। सति श्री अकाल सर। सति श्री अकाल जी, बहुत बहुत स्वागत है सर प्रोग्राम च तुहाडा। धन्नवाद जी, धन्नवाद जी। जी पशु पालक वीरो, जिवें तुहानूं पता ही आ सहायक धंधे आ जिहड़े उहनां नूं सरकार, पंजाब सरकार जिहड़ी प्रफुल्लित करन जा रही है, जिवें कि बकरी पालन, सूर पालन, साडा विभाग पशु पालन विभाग का भी यह जोर लग्या होया भी इस धंधे नूं विज्ञानिक ढंग नाल अपनाईए। इस संबंध विच असीं दो ट्रेनिंग स्टार्ट कीतियां हुण, सूर पालन ते बकरी पालन दी। जी जी, जिहड़ी सूर पालन दी ट्रेनिंग आ उह 3 अगस्त तों लै के 7 अगस्त तक आ, पहला बैच, ते दूजा बैच 17 अगस्त तों 21 अगस्त तक चलेगा। पशु पालक वीर हिस्सा लै सकणगे, क्योंकि तुहानूं पता ही आ लॉकडाउन च कोविड दा समां चल रहा, आपां कोविड दीआं हदायतां नूं भी मद्देनजर रखदे होए मास्क पहनना, सोशल डिस्टेंसिंग, साडे कोले फिर कैपेसिटी हजे 20 भी हैगी आ, 20 फार्मरां नूं असीं ट्रेन कर रहे हां। उहनां 20 फार्मरां नूं पिगरी दे बारे लोन कित्थों मिलणा वा, किहड़ी ब्रीड तुसीं पालणी आ, ਕਿਵੇਂ ਇਹਨਾਂ ਨੂੰ ਮੈਨੇਜਮੈਂਟ ਕਰਨਾ, ਕੀ ਇਹਨਾਂ ਦਾ ਫੀਡਿੰਗ ਸ਼ਡਿਊਲ ਚਾਹੀਦਾ, ਕਿਵੇਂ ਸਸਤੇ ਤੇ ਵਧੀਆ ਹਵਾਦਾਰ ਜਿਹੜੇ ਹਾਊਸ, ਠੀਕ ਆ, ਉਹਨਾਂ ਦੇ ਲਈ ਘਰ ਰਹਿਣ, ਕਿਵੇਂ ਉਹਨਾਂ ਦਾ ਟੀਕਾਕਰਨ ਕਰਨਾ, ਇਹ ਸਾਡੇ ਡਿਪਟੀ ਡਾਇਰੈਕਟਰ ਟ੍ਰੇਨਿੰਗ ਹੈਗੀ ਆ ਪਟਿਆਲਾ ਵਿਖੇ, ਰੋਣੀ ਫਾਰਮ ਹੈਗਾ ਪਟਿਆਲਾ ਤੋਂ 4 ਕਿਲੋਮੀਟਰ ਬੱਸ ਸਟੈਂਡ ਤੋਂ ਨਾਭਾ ਰੋਡ ਤੇ ਹੈਗਾ ਸਾਡਾ ਇੰਸਟੀਚਿਊਟ, ਉੱਥੇ ਤੁਸੀਂ ਰਜਿਸਟਰ ਕਰਾ ਸਕਦੇ ਹੋ। ਉੱਥੇ ਸਾਡੇ ਜਿਹੜੇ ਮਾਹਰ ਆ ਉਹ ਤੁਹਾਨੂੰ ਟ੍ਰੇਨਿੰਗ ਆ ਜਿਹੜੀ, ਇਹ 5 ਦਿਨ ਦੀ ਟ੍ਰੇਨਿੰਗ ਹੈਗੀ ਆ ਸੂਰ ਪਾਲਣ ਦੀ, 5 ਦਿਨ ਦੀ। ਅਗਸਤ ਮਹੀਨੇ ਦਾ ਜਿਹੜਾ ਸ਼ਡਿਊਲ ਹੈਗਾ ਵਾ ਉਹ ਹੈਗਾ, ਸਤੰਬਰ ਮਹੀਨੇ ਦਾ ਜਿਹੜਾ ਸ਼ਡਿਊਲ ਹੈ ਉਹ 7 ਸਤੰਬਰ ਤੋਂ ਲੈ ਕੇ 11 ਸਤੰਬਰ ਤੱਕ ਪਹਿਲਾ ਬੈਚ, ਦੂਜਾ ਬੈਚ 21 ਸਤੰਬਰ ਤੋਂ ਲੈ ਕੇ 25 ਸਤੰਬਰ ਤੱਕ ਚੱਲੂਗਾ। ਉਹਦੇ ਵਿੱਚ ਤੁਹਾਨੂੰ ਸਾਰੀਆਂ ਜਿਹੜੀ ਜਾਣਕਾਰੀ ਆ ਉਹ ਦਿੱਤੀ ਜਾਏਗੀ। ਜਦੋਂ ਤੁਹਾਡੀ ਟ੍ਰੇਨਿੰਗ ਪੂਰੀ ਹੋ ਜਾਏਗੀ, ਟ੍ਰੇਨਿੰਗ ਦੌਰਾਨ ਇੱਕ ਤੁਹਾਨੂੰ ਸਰਟੀਫਿਕੇਟ ਦਿੱਤਾ ਜਾਏਗਾ ਜਿਹੜਾ ਕਿ ਤੁਹਾਡੇ ਸਾਰੇ ਕੰਮਾਂ ਦੇ ਵਿੱਚ ਸਹਾਈ ਹੋਵੇਗਾ, ਜਿਵੇਂ ਕੋਈ ਲੋਨ ਲੈਣਾ ਤਾਂ ਕਿ ਬੈਂਕ ਦੁਆਰਾ ਵੀ ਸਬਮਿਟ ਕੀਤਾ ਜਾਏਗਾ। ਤੇ ਸਰ ਇੱਕ ਗੱਲ ਹੋਰ ਪੁੱਛਣੀ ਚਾਹਾਂਗੇ, ਜਿਹੜਾ ਇਹ ਟ੍ਰੇਨਿੰਗ ਹੈ ਇਹ ਪਟਿਆਲੇ ਚ ਸ਼ੁਰੂ ਹੋ ਰਹੀ ਹੈ ਜਾਂ ਕਿਤੇ ਹੋਰ ਵੀ ਸ਼ੁਰੂ ਹੋ ਰਹੀ ਹੈ? ਹਾਲ ਦੀ ਘੜੀ ਇਹ ਪਟਿਆਲੇ ਸ਼ੁਰੂ ਕੀਤੀ ਹੈ ਡਿਪਟੀ ਡਾਇਰੈਕਟਰ ਟ੍ਰੇਨਿੰਗ। ਜੀ ਜੀ, ਗੋਟ ਫਾਰਮਿੰਗ ਬਾਰੇ ਤੇ ਪਿਗ ਫਾਰਮਿੰਗ ਬਾਰੇ ਦੱਸਿਆ, ਜੇ ਕਿਸੇ ਨੇ ਹੋਰ ਕਿਸੇ ਕਿਸਾਨ ਨੇ ਕੋਈ ਡੇਰੀ ਫਾਰਮਿੰਗ ਕਰਨੀ ਹੈ ਜਾਂ ਕਿਸੇ ਕਿਸਾਨ ਨੇ ਕੋਈ ਰੈਬਿਟ ਫਾਰਮਿੰਗ ਕਰਨੀ ਹੈ, ਹੋਰ ਕੋਈ ਅਲਾਈਡ ਐਕਟੀਵਿਟੀ ਕਰਨੀ ਹੈ, ਤਾਂ ਉਹਦੇ ਵਾਸਤੇ ਟ੍ਰੇਨਿੰਗਾਂ ਕਦੋਂ ਤੋਂ ਸਟਾਰਟ ਹੋ ਸਕਦੀਆਂ ਨੇ, ਕੀ ਅਨੁਮਾਨ ਲਾਇਆ ਜਾ ਸਕਦਾ ਇਹਦੇ ਬਾਰੇ? ਉਹਦੇ ਵਾਸਤੇ ਵੀ ਵਿਭਾਗ ਵੱਲੋਂ ਕੋਸ਼ਿਸ਼ਾਂ ਜਾਰੀ ਆ ਤੇ ਜਲਦੀ ਹੀ ਉਹਦੇ ਬਾਰੇ ਵੀ, ਕੋਵਿਡ ਦੇ ਮੱਦੇਨਜ਼ਰ ਰੱਖਦੇ ਸਾਰੀਆਂ ਕਿਸਾਨ ਪਸ਼ੂ ਪਾਲਕਾਂ ਨੂੰ ਵਟਸਐਪ ਗਰੁੱਪਾਂ ਦੇ ਜ਼ਰੀਏ ਜੇ ਸ਼ੁਰੂ ਹੋਊਗੀ, ਮੀਡੀਆ ਸੋਸ਼ਲ ਮੀਡੀਆ ਦੇ ਜ਼ਰੀਏ ਪਸ਼ੂ ਪਾਲਕਾਂ ਨੂੰ ਜ਼ਰੂਰ ਸੂਚਿਤ ਕੀਤਾ ਜਾਏਗਾ। ਤੁਹਾਡੇ ਜ਼ਰੀਏ, ਤੁਹਾਡਾ ਬਹੁਤ ਵਧੀਆ ਉਪਰਾਲਾ ਹੈਗਾ, ਤੁਹਾਡੇ ਜ਼ਰੀਏ ਇਹਨੂੰ ਸੂਚਿਤ ਕਰ ਦਿੱਤਾ ਜਾਏਗਾ ਜਦੋਂ ਵੀ ਹੋਰ ਵੀ ਟ੍ਰੇਨਿੰਗਾਂ ਡੇਅਰੀ ਦੀਆਂ ਸ਼ੁਰੂ ਕੀਤੀਆਂ ਜਾਂ ਰੈਬਿਟ ਫਾਰਮ ਦੀ ਤੁਸੀਂ ਗੱਲ ਕੀਤੀ ਹੈ। ਫਿਲਹਾਲ ਜਿਹੜੀ ਬੱਕਰੀ ਪਾਲਣ ਦੀ ਹੈ, ਬੱਕਰੀ ਪਾਲਣ ਦਾ ਵੀ ਮੈਂ ਸ਼ਡਿਊਲ ਦੱਸ ਦਿੰਦਾ। ਬੱਕਰੀ ਪਾਲਣ ਜਿਹੜਾ ਦੀ ਟ੍ਰੇਨਿੰਗ ਆ 2 ਦਿਨ ਦੀ ਟ੍ਰੇਨਿੰਗ ਆ, ਉਹਦੇ 2 ਦਿਨ ਦੀ ਟ੍ਰੇਨਿੰਗ ਚ 5 ਸੈਸ਼ਨ ਹੋਣਗੇ। ਉਹਦੇ ਚ ਵੀ ਕਪੈਸਿਟੀ 20 ਫਾਰਮਰ ਦੀ ਹੈਗੀ ਆ। ਪਹਿਲਾ ਬੈਚ ਆ ਜਿਹੜਾ 10 ਅਗਸਤ ਤੇ 11 ਅਗਸਤ ਨੂੰ ਹੋਊਗਾ, ਤੇ ਇਹਦੇ ਚ 5 ਸੈਸ਼ਨ ਹੋਣਗੇ। ਸਤੰਬਰ ਮਹੀਨੇ ਦਾ ਜਿਹੜਾ ਬੈਚ ਆ ਉਹ 1 ਸਤੰਬਰ ਤੇ 2 ਸਤੰਬਰ ਨੂੰ ਹੋਏਗਾ। ਉਹਦੇ ਚ ਵੀ ਬੈਚ ਮੀਨਸ ਕਿ 5 ਸੈਸ਼ਨ, 5 ਟੌਪਿਕਸ ਹੁੰਦੇ ਆ ਸਾਡੇ ਸਿਲੈਕਟ ਕੀਤੇ ਹੋਏ, ਉਹ ਸਾਡੇ ਮਾਹਰ ਇਹਨਾਂ ਨੂੰ 2 ਦਿਨਾਂ ਚ ਪੂਰੀ ਜਾਣਕਾਰੀ ਦੇ ਦੇਣਗੇ ਪਸ਼ੂ ਪਾਲਕਾਂ ਨੂੰ।
जी जी बहुत बहुत धन्यवाद तुहाडा सर, तुसी ट्रेनिंग का शड्यूल है जिहड़ा उह साडे नाल सांझा कीता, ते होर भी जे किसी फार्मर नूं कोई दिक्कत आ रही है ट्रेनिंग बारे होर जानकारी लेनी है तां कमेंट बॉक्स में जरूर आपका नंबर दे सकते हैं ते पुछ सकते हैं कि कदों कोई ट्रेनिंग किहड़े जिले दे विच स्टार्ट होनी है। खेतीबाड़ी ते पशु पालन नाल जुड़ियां नवी अपडेट्स नाल रहने दे लई जुड़े रहो अपनी खेती चैनल दे नाल, देखते रहो किसान खेती विचार। धन्यवाद।